ਜੇ ਮਿੱਤਰ ਬਣਾਉਣਾ ਚਾਹੁੰਦਾ ਆਦ ਮੱਧ ਜੋ ਅੰਤ ਨਿਭਾ ਹੈ ਸੋ ਸਾਜਨ ਮੇਰਾ ਮਨ ਚਾਹ ਹੈ। ਜੇ ਮਿੱਤਰ ਬਣਾਉਣਾ ਚਾਹੁੰਦਾ ਤੇ ਉਹਨੂੰ ਬਣਾ ਜਿਹੜਾ ਇਸ ਸਰੀਰ ਦੇ ਬਾਅਦ ਵੀ ਤੇਰੇ ਨਾਲ ਤੁਰੇ। ਭਾਈ ਰੇ ਮੀਤ ਕਰੋ ਪ੍ਰਭ ਸੋਏ ਮਾਇਆ ਮੋਹ ਪ੍ਰੀਤ ਤ੍ਰਿਗ। ਕਹਿੰਦੇ ਨੇ ਆ ਮਾਇਆ ਦੇ ਮੋਹ ਦੀ ਪ੍ਰੀਤ ਤ੍ਰਿਗ ਦਾ ਅਰਥ ਫਿਟਕਾਰ ਯੋਗ ਹੈ। ਸੁਖੀ ਨਾ ਦੀਸਾਂ ਕੋਏ, ਕੋਈ ਬੰਦਾ ਇਹਦੇ ਵਿੱਚ ਸੁਖੀ ਵੇਖਿਆ ਜੀ? ਅੱਜ ਸਵੇਰੇ ਅੰਮ੍ਰਿਤ ਵੇਲੇ ਆਸਾਂ ਕੀ ਵਾਰ ਦੇ ਕੀਰਤਨ ਤੋਂ ਬਾਅਦ ਦਰਬਾਰ ਸਾਹਿਬ ਭਾਈ ਸਾਹਿਬ ਦੀ ਵਾਰ ਦੀ ਇੱਕ ਪੌੜੀ ਪੜ੍ਹ ਰਹੇ ਸਨ ਕਿ ਮੋਰ ਬੱਬੀਏ ਬੋਲਦੇ ਵੇਖ ਬੱਦਲ ਕਾਲੇ। ਤੁਸਾਂ ਸੁਣਿਆ ਹੋਣਾ ਕੀਰਤਨ ਜਦੋਂ ਪੜ੍ਹ ਰਹੇ ਸਨ, ਮੇਰਾ ਖਿਆਲ ਅੱਜ ਦੀ ਕਥਾ ਵੱਲ ਸੀ। ਗੱਲ ਉੱਥੇ ਵੀ ਪ੍ਰੀਤ ਦੀ ਚੱਲਦੀ ਪਈ ਸੀ। ਕਹਿਣ ਲੱਗੇ ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਖਾਲੇ, ਚੱਕਵੀ ਸੂਰਜ ਖੇਤ ਹੈ। ਕਹਿਣ ਲੱਗੇ ਚੰਦਰਮਾ ਤੇ ਚਕੋਰ ਦਾ ਆਪਸੀ ਪਿਆਰ ਹੈ, ਸੂਰਜ ਤੇ ਚੱਕਵੀ ਦਾ ਆਪਸੀ ਪਿਆਰ ਹੈ, ਕਮਲ ਦਾ ਫੁੱਲ ਤੇ ਪਾਣੀ ਦਾ ਆਪਸੀ ਬੜੀ ਸਾਂਝ ਹੈ। ਕਹਿਣ ਲੱਗੇ ਮਾਂ ਤੇ ਪੁੱਤਰ ਤੇ ਇਸਤਰੀ ਤੇ ਭਰਤਾਂ ਦਾ ਬੜਾ ਪਿਆਰ ਹੈ। ਸਾਰੀਆਂ ਪ੍ਰੀਤਾਂ ਦੀ ਗੱਲ ਕਰਕੇ ਮੋਰ ਤੇ ਬਬੀਏ ਕਾਲੇ ਬੱਦਲਾਂ ਨੂੰ ਪਿਆਰ ਕਰਦੇ ਨੇ। ਇਹ ਸਾਰੀਆਂ ਤੁਕਾਂ ਦੇ ਅਰਥ ਇਹ ਨਾ ਸਮਝਣਾ ਕਿ ਗੁਰੂ ਜੀ ਕਹਿ ਰਹੇ ਨੇ ਇਸ ਤਰ੍ਹਾਂ ਪਿਆਰ ਕਰੋ, ਧਿਆਨ ਦਿਆ ਜੇ। ਭਾਈ ਸਾਹਿਬ ਕਹਿ ਰਹੇ ਸਨ ਕਿ ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਖਾਲੇ, ਚਕੋਰ ਦੀ ਚੰਦਰਮਾ ਨਾਲ ਪ੍ਰੀਤ ਹੈ, ਤਾਰ ਦਰ ਤੇ ਇੱਕ ਟਿੱਕ ਨਿਖਾਲੇ ਦਰ ਤੇ ਉਹਨੂੰ ਦੇਖਦੀ ਹੈ। ਸਕ ਚੱਕਵੀ ਸੂਰਜ ਖੇਤ ਹੈ ਮਿਲਖੋਣ ਸੁਖਾਲੇ, ਸੂਰਜ ਚੜ੍ਹਦਾ ਚੱਕਵੀ ਤੇ ਚਕਵਾ ਆਪਸ 'ਚ ਮਿਲਦੇ ਨੇ, ਬੜੇ ਸੁਖੀ ਨੇ। ਨਿਉ ਕਵਲ ਜਲ ਜਾਣੀਆਂ ਖਿੜ ਮੂੰਹ ਵਿਖਾਲੇ, ਪਾਣੀ ਦਾ ਤੇ ਕਮਲ ਦੇ ਫੁੱਲ ਦਾ ਪਿਆਰ ਹੈ, ਕਿਉਂਕਿ ਪਾਣੀ ਇਕੱਠਾ ਹੋਇਆ ਤੇ ਕਮਲ ਦਾ ਫੁੱਲ ਖਿੜਿਆ, ਖਿੜ ਮੂੰਹ ਵਿਖਾਲੇ। ਮੋਰ ਬਬੀਏ ਬੋਲਦੇ ਵੇਖ ਬੱਦਲ ਕਾਲੇ, ਕਾਲੀਆਂ ਘਟਾਵਾਂ ਬੱਦਲਾਂ ਨੂੰ ਦੇਖ ਕੇ ਮੋਰ ਤੇ ਪਪੀਏ ਬੋਲਦੇ ਨੇ। ਨਾਰ ਪਤਾਰ ਇਸਤਰੀ ਦਾ ਤੇ ਭਰਤੇ ਦਾ ਆਪਸੀ ਪਿਆਰ ਹੈ, ਨਾਰ ਪਤਾਰ ਪਿਆਰ ਹੈ, ਮਾਂ ਪੁੱਤ ਸੰਭਾਲੇ, ਮਾਂ ਪੁੱਤਰ ਨੂੰ ਚੇਤੇ ਕਰਦੀ ਏ। ਸਾਰੀਆਂ ਗੱਲਾਂ ਕਹਿ ਕੇ ਕਹਿਣ ਲੱਗੇ ਨਹੀਂ, ਇਹ ਰੱਬ ਦੀ ਪ੍ਰੀਤ ਨਹੀਂ ਹੋ। ਕਿਉਂ ਜੀ? ਕਹਿਣ ਲੱਗੇ ਚੰਦਰਮਾ ਨੂੰ ਸਾਰੀ ਰਾਤ ਚਕੋਰ ਇੱਕ ਟਿੱਕ ਦੇਖਦੀ ਰਹੀ ਤੇ ਚੰਦਰਮਾ ਨੇ ਕਿਹਾ ਤੂੰ ਦੇਖੀ ਜਾ, ਸੂਰਜ ਆਇਆ, ਮੈਂ ਚੱਲਿਆ ਵਾਂ ਆਪਣੇ ਟਿਕਾਣੇ 'ਤੇ। ਚੰਦਰਮਾ ਨੂੰ ਚਕੋਰ ਤਰਲੇ ਲੈ ਕੇ ਦੇਖਦੀ ਰਹੀ ਪਰ ਚੰਦਰਮਾ ਉਜਲ ਹੋ ਗਿਆ, ਕਮਲ ਦੇ ਫੁੱਲ ਦੀਆਂ ਪੰਖੜੀਆਂ ਖੇੜੇ ਵਿੱਚ ਨੇ, ਪਾਣੀ ਦੀਆਂ ਲਹਿਰਾਂ ਦੀਆਂ ਸੱਟਾਂ ਵੀ ਖਾਧੀਆਂ ਪਰ ਪਾਣੀ ਸੁੱਕ ਗਿਆ, ਕਮਲ ਦੇ ਫੁੱਲ ਦਾ ਖੇੜਾ ਵੀ ਚਲਾ ਗਿਆ। ਤੇ ਲੋਕ ਕਹਿੰਦੇ ਨੇ ਇੱਥੇ ਚਕੋਰ ਰਾਤ ਨੂੰ ਇੱਕ ਟਿੱਕ ਦੇਖਦੀ ਸੀ, ਨਾ ਖਤਮ, ਇੱਥੇ ਪਾਣੀ ਹੁੰਦਾ ਸੀ, ਕਮਲ ਦੇ ਫੁੱਲ ਸਨ। ਕਹਿਣ ਲੱਗੇ ਉਹ ਪ੍ਰੀਤ ਟੁੱਟ ਗਈ, ਬਿਖਰ ਗਈ। ਚੱਕਵੀ ਸੂਰਜ ਖੇਤ ਹੈ ਮਿਲਖੂਣ ਸਖਾਲੇ, ਸੂਰਜ ਆਇਆ ਚੱਕਵੀ ਚਕਵਾ ਮਿਲੇ ਤੇ ਕਿੰਨਾ ਕੁ ਮਿਲੋਗੇ? 12 ਘੰਟਿਆਂ ਬਾਅਦ, 4 ਪਹਿਰਾਂ ਬਾਅਦ ਹਨੇਰਾ ਆਉਣ ਵਾਲਾ ਹੈ। ਜੇ ਸੂਰਜ ਨੂੰ ਵੇਖ ਕੇ ਤੁਸੀਂ ਖੁਸ਼ ਪਏ ਹੁੰਦੇ ਹੋ, ਇਹਨੇ ਫਿਰ ਚਲੇ ਜਾਣਾ, ਪਿਆਰ ਗਿਆ। ਮੋਰ ਤੇ ਬਬੀਏ ਬੱਦਲਾਂ ਨੂੰ ਵੇਖ ਕੇ ਗੀਤ ਗਾਉਂਦੇ ਨੇ। ਕਹਿਣ ਲੱਗੇ ਨਿਭਣ ਵਾਲੀ ਪ੍ਰੀਤ ਹੈ, ਪੁੱਛੋ ਖਾਂ ਮੋਰ ਤੇ ਪਪੀਆਂ ਨੂੰ ਉਦਣ ਕਿੱਥੇ ਗਏ ਸੀ ਜਿੱਦਣ ਪੋਹ ਦੇ ਮਹੀਨੇ ਦੇ ਵਿੱਚ ਕੱਕਰ ਪੈਂਦਾ ਸੀ, ਉਹਦਾ ਨਾ ਤੁਸੀਂ ਪਹਿਲਾਂ ਪਾਈਆਂ ਤੇ ਮਿੱਠੇ ਗੀਤ ਗਾਏ, ਤੁਹਾਡੀ ਪ੍ਰੀਤ ਥੋੜ ਚਰੀਕ ਹੈ। ਕਹਿਣ ਲੱਗੇ ਇਸਤਰੀ ਤੇ ਭਰਤਾ, ਇਸਤਰੀ ਦੀ ਪਤੀ ਨਾਲ ਪ੍ਰੀਤ ਹੈ ਪਰ ਜੀਵਨ ਸਾਥੀ ਨੇ, ਮਰਨ ਸਾਥੀ ਨਹੀਂ, ਜਿਉਂਦੇ ਜੀ ਇੱਕ ਦੂਜੇ ਦੇ ਨੇੜੇ ਨੇ, ਚੇਤੇ ਰੱਖੋ ਉਹ ਵੀ ਸਰੀਰਕ ਤੌਰ ਤੇ ਹੀ ਨੇੜੇ ਹੁੰਦੇ ਨੇ, ਸਹੀ ਅਰਥਾਂ ਵਿੱਚ ਇੱਕ ਜੋਤ ਹੋਣ ਕਰਕੇ ਤਾਂ ਨੇੜੇ ਕੋ ਹੁੰਦਾ ਹੀ, ਜਿਹਨੂੰ ਆਪਾਂ ਸਾਥੀ ਕਹਿੰਦੇ ਹਾਂ। ਵੈਸੇ ਇਹਦੇ ਭਾਵ ਬੜੇ ਡੂੰਘੇ ਨੇ। ਅੱਜ ਵੀ ਸਵੇਰੇ ਇੱਕ ਪ੍ਰਚਾਰਕ ਕਥਾ ਕਰ ਰਿਹਾ, ਅਰਥ ਬੜੇ ਸੋਹਣੇ ਕਰ ਰਿਹਾ ਸੀ ਇਹਦੇ, ਮਤਲਬ ਅਨਮਤ ਦਾ। ਉਹ ਕਹਿ ਰਹੇ ਸਨ ਕਿ ਜੀਵਨ ਸਾਥੀ, ਗ੍ਰਿਸ਼ਤ ਦਾ ਅਰਥ ਵਾਸ਼ਨਾ ਨਹੀਂ, ਗ੍ਰਿਸ਼ਤ ਦਾ ਅਰਥ ਇੰਦਰੀਆਂ ਦਾ ਭੋਗ ਨਹੀਂ, ਗ੍ਰਿਸ਼ਤ ਦਾ ਅਰਥ ਸੀ ਕਿ ਇਕੱਲਾ ਬੰਦਾ ਕਈ ਵਾਰੀ ਥਿੜਕ ਜਾਂਦਾ ਹੈ। ਅਸੀਂ ਜਿਹੜੀ ਕਹਿੰਦੇ ਹਾਂ ਨਾ ਵੀ ਜਦੋਂ ਵਿਆਹ ਹੁੰਦਾ, ਆਮ ਤੌਰ 'ਤੇ ਵਿਦਵਾਨ ਕਈ ਬੋਲਦੇ ਨੇ, ਦੇਖੋ ਜੀ ਗ੍ਰਿਸ਼ਤ ਇੱਕ ਗੱਡੀ ਹੈ,
ਗੱਡੀ ਦੋਵਾਂ ਪਹੀਆਂ ਨਾਲ ਚੱਲਦੀ, ਹੁਣ ਦੋ ਪਹੀਏ ਤਾਂ ਲੱਗ ਗਏ, ਜੇ ਗੱਡੀ ਚੱਲੀ ਕੋਈ ਨਹੀਂ, ਉਸ ਗੱਡੀ ਨੂੰ ਫੂਕਣਾ, ਪਹੀਏ ਤਾਂ ਦੋ ਖੈਣ ਅਤੇ ਪਹੀਏ ਗਿੜੇ ਤਾਂ ਹੈ ਹੀ ਕੋਈ ਨਹੀਂ। ਇਹ ਜ਼ਰੂਰ ਕਹਿ ਦਿੱਤਾ ਵੀ ਗ੍ਰਿਸ਼ਤ ਇਸਤਰੀ ਅਤੇ ਮਰਦ, ਗ੍ਰਿਸ਼ਤ ਦੀ ਗੱਡੀ ਦੇ ਦੋ ਪਹੀਏ ਨੇ, ਹੁਣ ਪਹੀਆਂ ਨੂੰ ਜੰਗ ਲੱਗ ਗਈ, ਉੱਥੇ ਖਲੋਤੇ ਪਏ ਨੇ, ਪਹੀਏ ਇਸ ਕਰਕੇ ਸਨ ਗੱਡੀ ਤੋਰ ਕੇ ਰੱਬ ਵਾਲੇ ਪਾਸੇ ਲਿਜਾਇਓ, ਪਰ ਪਿਆਰਿਓ ਗੱਡੀ ਤਾਂ ਤੁਰੀ ਕੋਈ ਨਹੀਂ, ਫਿਰ ਉਹਨਾਂ ਪਹੀਆਂ ਦਾ ਕੀ ਕਰਾਂਗੇ। ਗ੍ਰਿਸ਼ਤ ਦਾ ਅਰਥ ਵਾਸ਼ਨਾਵਾਂ ਦੀ ਪੂਰਤੀ ਨਹੀਂ ਸੀ, ਗ੍ਰਿਸ਼ਤ ਦਾ ਅਰਥ ਸੀ ਇੱਕ ਸਿੱਖ, ਦੋਏ ਸਾਧ ਸੰਗ, ਅਤੇ ਜੇ ਰੱਬ ਘਰ ਸੰਤਾਨ ਪੁੱਤਰ ਧੀਆਂ ਤਿੰਨ ਕੁ ਦੇ ਦੇ, ਅਤੇ ਪੰਜੀ ਪਰਮੇਸ਼ਰ ਪੰਜਾਂ ਦੇ ਵਿੱਚ ਬੈਠਾ ਹੋਇਆ ਰੱਬ ਵਿਰਤਦਾ ਹੋਵੇ, ਆਤਮਕ ਜੀਵਨ ਇੱਕ ਦੂਜੇ ਦਾ ਅੱਗੇ ਲਿਜਾਣਾ। ਅਰਾਂਕਾ ਅਤੇ ਬਾਂਕਾ ਇੱਕ ਦਿਨ ਬੇਨਤੀ ਕੀਤੀ ਸੀ, ਦੰਪਤੀ ਸਨ ਦੋਨੋਂ ਅਧਿਆਤਮਕ ਜੀਵਨ ਕਮਾਉਂਦੇ ਨੇ, ਟਿਊਕ ਮਾਤਰ ਸਿਰਫ, ਪਤੀ ਅੱਗੇ ਤੁਰਿਆ ਜਾਂਦਾ ਸੀ, ਪਤਨੀ ਧਿਆਨ ਵਿੱਚ ਪਿੱਛੇ ਮਗਨ ਸੀ, ਪਤੀ ਨੂੰ ਸਾਹਮਣੇ ਸੋਨਾ ਮਿਲਿਆ, ਉਹਨੇ ਸੋਚਿਆ ਵੀ ਔਰਤ ਦੇ ਮਨ ਵਿੱਚ ਸੋਨੇ ਪ੍ਰਤੀ ਬੜੀ ਮਮਤਾ, ਬੜਾ ਪਿਆਰ ਹੁੰਦਾ, ਉਹ ਸੋਨੇ ਦੇ ਉੱਤੇ ਮਿੱਟੀ ਪਾਉਣ ਲੱਗ ਪਿਆ ਪੈਰਾਂ ਹੱਥਾਂ ਨਾਲ, ਅਤੇ ਪਿੱਛੋਂ ਇਸਤਰੀ ਨੇ ਆ ਕੇ ਕਿਹਾ ਅਫਸੋਸ, ਮੈਂ ਸੋਚਦੀ ਸਾਂ ਮੇਰਾ ਜੀਵਨ ਸਾਥੀ ਮੇਰੇ ਤੋਂ ਅੱਗੇ ਨਿਕਲ ਗਿਆ। ਕਹਿਣ ਲੱਗਾ ਕਿਉਂ? ਕਹਿਣ ਲੱਗੀ ਮਿੱਟੀ 'ਤੇ ਮਿੱਟੀ ਕਿਉਂ ਪਾਈ ਜਾਂਦਾ, ਮਿੱਟੀ 'ਤੇ ਮਿੱਟੀ ਕਿਉਂ ਪਾਉਂਦਾ। ਉਹ ਕਹਿਣ ਲੱਗਾ ਨਹੀਂ, ਮੈਂ ਸੋਚਿਆ ਇਹ ਸੋਨਾ ਹੈ। ਕਹਿਣ ਲੱਗੀ ਇਹਦਾ ਮਤਲਬ ਤੇਰੀ ਫਿਰ ਕਮਾਈ ਅਜੇ ਨਹੀਂ, ਅਜੇ ਤੈਨੂੰ ਸੋਨਾ ਸੋਨਾ ਹੀ ਦਿਸਦਾ ਹੈ, ਉੱਠ ਰੱਬ ਦਾ ਚਿੰਤਨ ਕਰ, ਤੈਨੂੰ ਸੋਨਾ ਮਿੱਟੀ ਦਿਸਣ ਲੱਗ ਪਵੇ। ਗ੍ਰਿਸ਼ਤ ਨਾਮ ਸਿਮਰਨ ਕਰਨ ਵਾਸਤੇ ਇੱਕ ਸੰਗਤੀ ਰੂਪ ਹੈ। ਹੁਣ ਆਪਾਂ ਜੇ ਕਹੀ ਜਾਈਏ ਜੀ ਗੁਰੂ ਜੀ ਨੇ ਗ੍ਰਿਸ਼ਤੀ ਨੂੰ ਪ੍ਰਵਾਨ ਕਰ ਲਿਆ ਸੀ, ਗੁਰੂ ਜੀ ਨੇ ਕਿਹਾ ਗ੍ਰਿਸ਼ਤੀ ਨੂੰ ਸਭ ਕੁਝ ਮਾਫ ਹੈ, ਇਹ ਸਾਡੀਆਂ ਅੰਦਰ ਦੀਆਂ ਆਪਣੀਆਂ ਬਣਾਈਆਂ ਗੱਲਾਂ ਨੇ, ਕੋਈ ਕਿਸੇ ਨੂੰ ਕੋਈ ਮਾਫ ਨਹੀਂ। ਜੇ ਕਰਮੀ ਆਪੋ ਆਪਣੀ ਕੇ ਨੇੜੇ ਕਿ ਦੂਰ, ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ, ਜਾਹੋ ਆਪੇ ਬੀਜ ਆਪੇ ਖਾਓ। ਹਜ਼ੂਰ ਕਹਿੰਦੇ ਨੇ ਜੇ ਮਿੱਤਰਤਾ ਵੀ ਬਣਾਉਣੀ ਹੈ, ਸਾਂਝ ਵੀ ਬਣਾਉਣੀ ਹੈ, ਨਾਰ ਪਤਾਰ ਪਿਆਰ ਹੈ ਪਰ ਥੋੜ੍ਹ ਚਿੜੇ, ਮਾਂ ਪੁੱਤ ਸੰਭਾਲੇ, ਮਾਂ ਅਤੇ ਪੁੱਤਰ ਦੀ ਪ੍ਰੀਤ ਵੀ ਥੋੜ੍ਹ ਚਿਰੀ ਹੈ, ਪੀਰ ਮੁਰੀਦਾਂ ਪਿਰਹੜੀ ਉਹ ਨਿਭ ਹੈ ਨਾਲੇ। ਗੁਰੂ ਅਤੇ ਚੇਲਾ, ਮੁਰਸ਼ਦ ਅਤੇ ਮਰੀਦ, ਉਸਤਾਦ ਅਤੇ ਸ਼ਿਸ਼, ਇਹਨਾਂ ਦੇ ਅੰਦਰ ਦੀ ਜੇ ਪ੍ਰੀਤ ਸ਼ਬਦ ਦੀ ਹੈ ਉਹ ਨਾਲ ਨਿਭਣ ਵਾਲੀ ਹੈ। ਗੁਰੂ ਜੀ ਕਹਿ ਰਹੇ ਨੇ ਭਾਈ ਰੇ ਮੀਤ ਕਰੋ ਪ੍ਰਭ ਸੋਏ, ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨਾ ਦਿਸੈ ਕੋਏ। ਕਹਿੰਦੇ ਨੇ ਮਾਇਆ ਦੀ ਪ੍ਰੀਤ ਇਸ ਮੋਹ ਵਿੱਚ ਕੋਈ ਬੰਦਾ ਦੱਸੋ ਤੁਸੀਂ ਸੁਖੀ ਹੋਵੇ। ਆਪਾਂ ਸਾਰੇ ਵੀ ਜਿਤਨੇ ਬੈਠੇ ਹਾਂ, ਜੇ ਪਿਆਰਿਓ ਝਾਤੀ ਮਾਰ ਕੇ ਦੇਖੀਏ ਕੋਈ ਬੰਦਾ ਸੁਖੀ ਦਿਸਦਾ? ਬਾਬਾ ਫਰੀਦ ਜੀ ਦਾ ਨਾ ਬਾਹਰ ਐਤਕੀ ਕਥਾ, ਮੈਂ ਉਹਨਾਂ ਦੇ ਪਵਿੱਤਰ ਬਚਨ ਹੀ ਸ਼ੁਰੂ ਕੀਤੇ। ਉਹਨਾਂ ਦਾ ਇੱਕ ਬਚਨ ਹੁੰਦਾ ਹੈ, ਫਰੀਦਾ ਜੇ ਜਾਣਾ ਤਿਲ ਥੋੜੜੇ, ਆ ਤਿਲ ਵਿਆਹ ਨਾਲ ਸੰਬੰਧ, ਤਿਲ ਪਾਉਂਦੇ ਸਨ ਬੁੱਕਾ ਬੁੱਕ ਵਿੱਚ ਜਦੋਂ ਨਵ ਵਿਆਹੀ ਬੀਬੀ ਆਉਂਦੀ ਸੀ। ਕਹਿੰਦੇ ਨੇ ਭੋਲੀਏ ਜਿੰਦੇ ਦੇ ਤੈਨੂੰ ਪਤਾ ਹੈ ਕਿ ਸਵਾਸਾਂ ਦੇ ਤਿਲ ਥੋੜੇ ਨੇ, ਐਵੇਂ ਨਾ ਲੱਪ ਭਰ ਭਰ ਕੇ ਸੱਟੀ ਜਾ, ਸੰਭਲ ਕੇ ਬੁੱਕ ਭਰ। ਜੇ ਜਾਣਾ ਤਿਲ ਥੋੜੜੇ, ਸੰਭਲ ਬੁੱਕ ਭਰੀ, ਜੇ ਜਾਣਾ ਛੌ ਨੱਡੜਾ ਤਾਂ ਥੋੜ੍ਹਾ ਮਾਣ ਕਰੀ। ਨੱਡੜਾ ਦਾ ਅਰਥ ਹੈ ਬਾਲਾ ਭੋਲਾ, ਜਿਹਦਾ ਕੋਈ ਪਤਾ ਨਹੀਂ ਕਦੋਂ ਉਹਨੇ ਕਿਹਦੇ 'ਤੇ ਖੁਸ਼ ਹੋਣਾ, ਕਿਹਦੇ 'ਤੇ ਨਾਰਾਜ਼। ਝੱਲੀਏ ਜੇ ਤੈਨੂੰ ਪਤਾ ਵੀ ਖਸਮ ਕਿਸੇ ਦੀ ਪਰਵਾਹ ਨਹੀਂ ਕਰਦਾ, ਬੇਪਰਵਾਹ ਹੈ, ਅਤੇ ਆਪਣੇ ਜਪ ਤਪ ਦਾ, ਆਪਣੇ ਸ਼ਿੰਗਾਰ ਦਾ, ਫੱਬ ਫੱਬ ਬਹਿਣ ਦਾ ਮਾਣ ਨਾ ਕਰੀ। ਉੱਥੇ ਬਾਬਾ ਜੀ ਦੇ ਦੋ ਬਚਨ ਨੇ, ਉਹ ਮੈਂ ਜ਼ਰੂਰ ਸਾਂਝੇ ਕਰਨੇ ਨੇ। ਸੁਖੀ ਨਾ ਦਿਸੈ ਕੋਏ, ਕਿਸੇ ਨੂੰ ਤੁਸੀਂ ਦੇਖੋ ਹਰ ਬੰਦਾ ਪਰੇਸ਼ਾਨ। ਹੁਣ ਤਾਂ ਮੇਰਾ ਖਿਆਲ ਵੀ ਜਿੱਥੇ ਅੱਗੇ ਐਲੋਪੈਥੀ ਸੀ, ਹੋਮਿਓਪੈਥੀ ਸੀ, ਉੱਥੇ ਹੁਣ ਇੱਕ ਨਵੀਆਂ ਗੱਲਾਂ ਵੀ ਚੱਲ ਪਈਆਂ। ਜਿਹੜੇ ਬੰਦੇ ਟੈਨਸ਼ਨ ਵਿੱਚ ਨੇ, ਜਿਹੜੇ ਬੰਦੇ ਕਿਸੇ ਨਾ ਕਿਸੇ ਅੰਦਰ ਦੇ ਸਟ੍ਰੈਸ ਵਿੱਚ, ਦੁੱਖ ਵਿੱਚ ਨੇ, ਉਹਨਾਂ ਦੇ ਦੁੱਖ ਦੂਰ ਕਰਨ ਵਾਸਤੇ ਵੀ ਇੱਕ ਪੱਧਤੀ ਕਹਿ ਸੀ, ਮਨੋਵਿਗਿਆਨ ਵੀ ਉਹਨੂੰ ਆਪਾਂ ਕਹਿੰਦੇ। ਮਨੋਵਿਗਿਆਨਕ ਦਾ ਅਰਥ ਹੀ ਇਹ ਨਾ ਵੀ ਮਨ ਦੀਆਂ ਗੱਲਾਂ ਪੜ੍ਹਨੀਆਂ। ਅਤੇ ਸਭ ਤੋਂ ਵੱਡਾ ਮਨੋਵਿਗਿਆਨ ਤਾਂ ਗੁਰੂ ਗ੍ਰੰਥ ਸਾਹਿਬ ਅਤੇ ਇਸ ਧਰਤੀ ਦੇ ਧਰਮ ਗ੍ਰੰਥ ਨੇ, ਜਿਹੜੇ ਬੰਦੇ ਦੇ ਮਨ ਦੀ ਇੱਕ ਇੱਕ ਪਰਤ ਨੂੰ ਉਧੇੜਦੇ ਨੇ। ਕਿੱਥੋਂ ਦੁੱਖ ਹੈ? ਬਾਬਾ ਜੀ ਦਾ ਇੱਕ ਬਚਨ ਹੁੰਦਾ,
ਕਹਿੰਦੇ ਨੇ ਫਰਕ ਬਸ ਇੰਨਾ ਹੈ, ਉਹਨਾਂ ਨੇ ਦੋ ਤਰ੍ਹਾਂ ਦੀ ਅੱਗ ਮੰਨੀ। ਇੱਕ ਅੱਗ ਉਹ ਵੇ ਜਿਹੜੀ ਪ੍ਰਗਟ ਹੋ ਜਾਂਦੀ ਹੈ ਅਤੇ ਜਿਹਦਾ ਛੇਕ ਦਾ ਪਤਾ ਲੱਗ ਜਾਂਦਾ। ਕਹਿੰਦੇ ਨੇ ਦੂਜੇ ਬੰਦੇ ਕੋਲ ਅੱਗ ਹੈ ਪਰ ਉੱਤੋਂ ਠੰਡਾ, ਅੰਦਰ ਉਹਦੇ ਵੀ ਅੰਗਿਆਰੀਆਂ ਬਲਦੀਆਂ। ਇੱਕ ਬਚਨ ਸੀ ਉਹਨਾਂ ਦਾ ਪੜ੍ਹਨੇ ਆ, ਉਹ ਤੁਹਾਨੂੰ ਸਾਰਿਆਂ ਨੂੰ ਪਤਾ, ਮੈਂ ਜਾਣਿਆ ਦੁੱਖ ਮੁੱਝ ਕੋ, ਮੈਂ ਸਮਝਦਾ ਸਾਂ ਇਕੱਲਾ ਮੈਂ ਦੁਖੀ ਹਾਂ। ਹਾਲਾਂ ਬਾਬਾ ਫਰੀਦ ਬਿਲਕੁਲ ਦੁਖੀ ਨਹੀਂ, ਉਹ ਸੁੱਖ 'ਚ ਨੇ, ਪਰਮ ਸੁੱਖ 'ਚ ਨੇ, ਆਨੰਦ 'ਚ ਨੇ। ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸਬਾਇਆ ਜੱਗ ਬਿਲਕੁਲ ਦੁਖੀ ਨਹੀਂ। ਬਾਬਾ ਫਰੀਦ ਸਾਹਿਬ ਦਾ ਨਿਕਾਹ ਵਕਤ ਦੇ ਬਾਦਸ਼ਾਹ ਬਲਬਨ ਦੀ ਲੜਕੀ ਨਾਲ ਹੋਇਆ ਸੀ, ਸ਼ਾਇਦ ਆਪ ਨੂੰ ਪਤਾ ਹੋਣਾ। ਵਕਤ ਦੇ ਬਾਦਸ਼ਾਹ ਦੀ ਲੜਕੀ ਨਾਲ ਨਿਕਾਹ ਹੋਇਆ ਅਤੇ ਕੈਸੀ ਰੋਮਾਂਚਕ ਘਟਨਾ ਹੈ। ਬਾਬਾ ਸਾਹਿਬ ਜਦੋਂ ਦਿੱਲੀ ਗਏ ਅਤੇ ਇੰਨੇ ਕੁ ਇਹਨਾਂ ਦਾ ਨੂਰ, ਬਲਬਨ ਨੇ ਦਰਸ਼ਨ ਕੀਤੇ ਅਤੇ ਇਹਨੇ ਕਿਹਾ ਵੀ ਕਿਰਪਾ ਕਰੋ ਤੁਸੀਂ ਘਰ ਚੱਲੋ, ਘਰ ਦੀਆਂ ਇਸਤਰੀਆਂ ਵੀ ਆਪ ਜੀ ਦੇ ਦੀਦਾਰ ਦੀ ਲੋਚਾ ਰੱਖਦੀਆਂ। ਬਾਬਾ ਜੀ ਚੜ੍ਹਦੀ ਜਵਾਨੀ ਵਿੱਚ ਅਤੇ ਰੂਹਾਨੀਅਤ ਦਾ ਅੰਦਰ ਨੂਰ ਡਲਕਾਂ ਮਾਰਦਾ ਸੀ, ਜਦੋਂ ਗਏ ਅਤੇ ਜਿਸ ਨਾਲ ਨਿਕਾਹ ਹੋਇਆ ਉਹ ਕੇਵਲ ਦੇਖਦਿਆਂ ਸਾਰ ਪੱਥਰ ਹੋ ਗਈ। ਬਲਬਨ ਨੇ ਸੋਚਿਆ ਵੀ ਮੇਰੀ ਬੱਚੀ ਨੂੰ ਹੋਇਆ ਕਿ ਯੱਕ ਲਖਤ ਪੱਥਰਾ ਗਈ। ਦੂਜੇ ਦਿਨ ਵਜ਼ੀਰ ਭੇਜ ਕੇ ਬਲਬਨ ਨੇ ਕਿਹਾ ਫਕੀਰ ਰੱਬ ਦੇ, ਮੈਂ ਆਪਣੀ ਬੱਚੀ ਦਾ ਨਿਕਾਹ ਤੇਰੇ ਨਾਲ ਕਰਨਾ ਚਾਹੁੰਦਾ। ਬਾਬਾ ਫਰੀਦ ਜੀ ਨੇ ਸਵੀਕਾਰ ਕੀਤਾ, ਕਹਿਣ ਲੱਗੇ ਖੁਦਾ ਨੂੰ ਮਨਜ਼ੂਰ ਹੀ ਇਹ ਹੈ। ਹੁਣ ਬਾਦਸ਼ਾਹ ਦੀ ਲੜਕੀ ਦਾ ਨਿਕਾਹ ਹੋਵੇ ਅਤੇ ਤੁਸੀਂ ਆਪ ਹਿਸਾਬ ਲਾਓ ਵੀ ਬਾਦਸ਼ਾਹ ਨੇ ਆਪਣੀ ਧੀ ਕਿਵੇਂ ਟੋਰੀ ਹੋਵੇਗੀ। ਫਕੀਰ ਵਿਆਹਣ ਗਿਆ, ਬਾਦਸ਼ਾਹ ਨੇ ਆਪਣੀ ਬੱਚੀ ਦਾ ਨਿਕਾਹ ਕਰ ਦਿੱਤਾ। ਬਹੁਤ ਸਾਜੋ ਸਮਾਨ, ਬਹੁਤ ਕੁਛ ਕੀਮਤੀ ਗਹਿਣੇ ਬਸਤਰ, ਕਮੀ ਕਿਸੇ ਚੀਜ਼ ਦੇ ਨਾਲ ਹਾਥੀ ਘੋੜੇ ਰੱਥ ਲੱਧ ਕੇ ਪੜਿਆ ਇਤਿਹਾਸ ਦੇ ਪੰਨਿਆਂ 'ਚੋਂ। ਪਹਿਲੀ ਰਾਤ ਸੀ, ਸੁੰਦਰ ਪਲੰਘ ਵਿਛਾਏ ਗਏ ਅਤੇ ਫਕੀਰ ਮੁਸੱਲਾ ਵਿਛਾ ਕੇ ਸਾਰੀ ਰਾਤ ਗੋਡਿਆਂ ਪਰ ਨੇ ਬੈਠ ਕੇ ਰੱਬ ਦੀ ਇਬਾਦਤ ਕਰਦਾ ਰਿਹਾ ਬਾਬਾ ਫਰੀਦ ਜੀ। ਪਰ ਉਹ ਸਿਆਣੀ ਔਰਤ ਪਲੰਗ ਤੋਂ ਥੱਲੇ ਉੱਤਰ ਗਈ, ਕੋਲ ਬੈਠੀ ਰਹੀ। ਦੂਸਰੀ ਰਾਤ ਆਈ, ਸਾਰੀ ਰਾਤ ਫਿਰ ਮੁਸੱਲੇ 'ਤੇ ਫਕੀਰ ਇਬਾਦਤ ਕਰਦਾ ਰਿਹਾ ਅਤੇ ਐਵੇਂ ਨਹੀਂ ਉਹਨੇ ਮਹਾਂਪੁਰਸ਼ ਨੇ ਕਹਿ ਦਿੱਤਾ, ਉਹਨਾਂ ਦਾ ਅਨੁਭਵ ਸੀ, ਆਜ ਮਿਲਾਵਾ ਸ਼ੇਖ ਫਰੀਦ ਟਾਕਿਮ ਕੂੰਜੜੀਆਂ, ਰੱਬ ਤੈਨੂੰ ਅੱਜ ਮਿਲ ਸਕਦਾ ਹੈ, ਸਵਾਦ ਤਾਂ ਹੈ ਜੇ ਇੰਨਾ ਮਨ ਤਕੜਾ ਹੋਵੇ, ਅੱਗ ਬਲਦੀ ਹੋਵੇ ਅਤੇ ਘਿਓ ਫਿਰ ਵੀ ਪਿਘਲੇ ਨਾ। ਮੇਰੀ ਬੇਨਤੀ ਤੁਸੀਂ ਸਮਝ ਗਏ ਹੋਵੋਗੇ। ਟਾਕਮ ਕੂੰਜੜੀਆਂ ਆਪਣੀਆਂ ਇੰਦਰੀਆਂ ਨੂੰ ਰੋਕ ਲੈ, ਰੱਬ ਤੈਨੂੰ ਮਿਲ ਸਕਦਾ ਹੈ, ਤੇਰੇ ਕੋਲ ਇੰਨਾ ਜਜ਼ਬਾ ਹੈ, ਤੂੰ ਵਾਸ਼ਨਾ ਤੋਂ ਬਚ ਸਕੇ। ਦੂਜੀ ਰਾਤ ਫਿਰ ਮਹਾਂਪੁਰਸ਼ ਉਸੇ ਤਰ੍ਹਾਂ ਬਾਬਾ ਫਰੀਦ ਅੱਲਾ ਦੀ ਯਾਦ ਵੀ ਜੁੜੇ ਰਹੇ। ਤੀਜੀ ਰਾਤ ਆਈ ਅਤੇ ਉਸ ਔਰਤ ਨੇ, ਬਾਬਾ ਸਾਹਿਬ ਦੀ ਬੀਵੀ ਨੇ ਆਪਣੇ ਵੱਲੋਂ ਦੋਨੋਂ ਹੱਥ ਚੜ ਕੇ ਕਿਹਾ, ਇਸ ਬੰਦੀ ਤੋਂ, ਇਸ ਦਾਸੀ ਤੋਂ ਕੀ ਗੁਸਤਾਖੀ ਹੋਈ, ਤੁਸੀਂ ਮੇਰੇ ਨਾਲ ਬੋਲੇ ਤੱਕ ਨਹੀਂ। ਬਾਬੇ ਫਰੀਦ ਨੇ ਮੁਸੱਲਾ ਦਿਖਾਇਆ, ਕੱਪੜੇ ਦਿਖਾ ਕੇ ਕਿਹਾ, ਕਹਿਣ ਲੱਗੇ ਤੂੰ ਬਾਦਸ਼ਾਹ ਦੀ ਲੜਕੀ ਹੈ, ਸ਼ਹਿਜ਼ਾਦੀ ਹੈ, ਮੈਂ ਫਕੀਰੀ ਕਮਾਉਣ ਵਾਲਾ ਵਾਂ, ਜੇ ਮੇਰੇ ਨਾਲ ਦਿਨ ਕੱਟਣੇ ਨਹੀਂ ਤਾਂ ਜੋ ਕੁਛ ਲੈ ਕੇ ਆਈ ਹੈ ਵਾਪਸ ਕਰ, ਚੇਤੇ ਰੱਖ ਜਿਹੋ ਜਿਹਾ ਮੈਂ ਕੱਪੜੇ ਪਾਈ ਬੈਠਾ, ਆਹ ਮੇਰੇ ਨਾਲ ਬੈਠ ਅਤੇ ਰੱਬ ਨੂੰ ਰਿਜਾਣ ਦਾ ਯਤਨ ਕਰੀਏ। ਸਭ ਕੁਝ ਵਾਪਸ ਕੀਤਾ, ਕੋਈ ਚੀਜ਼ ਨਹੀਂ। ਜੋ ਫਰੀਦ ਜੀ ਨੇ ਬਸਤਰ ਦਿੱਤੇ ਉਹ ਸਾਦੇ ਬਸਤਰ ਪਾ ਕੇ ਕਿਹਾ, ਹਾਂ ਜਿਸ ਸੁੱਖ ਵਿੱਚ ਤੁਸੀਂ ਟਿਕੇ ਹੋ ਉਸੇ ਸੁੱਖ ਵਿੱਚ ਹੀ ਮੈਨੂੰ ਆਨੰਦ ਹੈ। ਮੈਂ ਤਾਂ ਬੇਨਤੀ ਕੀਤੀ, ਉਸ ਫਰੀਦ ਉਸ ਮਹਾਂਪੁਰਸ਼ ਉੱਤੇ ਕੋਈ ਦੁੱਖ ਨਹੀਂ, ਪਰ ਸਾਨੂੰ ਸਮਝਾਉਣ ਲਈ ਉਹਨਾਂ ਤੇ ਇੱਥੋਂ ਤੱਕ ਵੀ ਸ਼ਬਦ ਕਹੇ ਨੇ ਨਾ, ਜਿਹੇ ਦੇਹ ਨਾਲਾ ਕੱਪਿਆ ਜੇ ਗੱਲ ਕੱਪੈ ਚੁੱਖ, ਕਹਿਣ ਲੱਗੇ ਦਾਈ ਜਿਸ ਦਿਨ ਜਨਮ ਹੋਇਆ ਤੇ ਇੱਕੋ ਦਮ ਤੂੰ ਬਲੇਟ ਨਾਲ, ਕੈਂਚੀ ਨਾਲ, ਕਰਦ ਨਾਲ ਨਾੜਵੇ ਕੱਟੇ,
ਕਿੰਨੀ ਕੁ ਨਾੜ ਸੀ ਸਾਹ ਲੈਣ ਵਾਲੀ, ਇੱਕ ਕੰਮ ਕਰਦੀ ਹੋ ਗਲੇ ਦੇ ਥੱਲੇ ਜਿਹੜੀ ਨਾੜ ਸੀ ਨਿੱਕਾ ਜਿਹਾ ਬਲੇਟ ਫੇਰ ਦਿੰਦੀ ਹੋ, ਰੋਜ਼ ਰੋਜ਼ ਦਾ ਆ ਸਿਆਪਾ ਹੀ ਮੁੱਕ ਜਾਂਦਾ। ਹੁਣ ਕਈਆਂ ਨੇ ਕਹਿ ਦਿੱਤਾ ਨਿਰਾਸ਼ਾਵਾਦੀ ਨਹੀਂ, ਉਹ ਕਹਿ ਰਹੇ ਨੇ ਜੇ ਬੰਦਗੀ ਨਹੀਂ ਸੀ ਕਰਨੀ, ਦੁਨੀਆ 'ਚ ਆ ਕੇ ਵਕਾਰ ਭੋਗਣੇ ਸਨ, ਕਿੰਨਾ ਚੰਗਾ ਹੁੰਦਾ ਜਿੱਦਣ ਜਨਮ ਹੋਇਆ ਸੀ ਨਾੜਵੇ ਨਾਲ ਤੇਰੀ ਸਾਹ ਵਾਲੀ ਨਾਲੀ ਕੱਢ ਦਿੰਦੇ, ਸਾਹ ਲੈ ਕੇ ਤੂੰ ਕੀ ਚੰਗਾ ਕੀਤਾ, ਉਹ ਦੁਖੀ ਨਹੀਂ। ਪਰ ਉਹਨਾਂ ਦੇ ਮੈਂ ਬਚਨਾਂ ਵੱਲ ਆਵਾਂ ਕਿ ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨਾ ਦਿਸੈ ਕੋਏ, ਕਹਿੰਦੇ ਨੇ ਕੋਈ ਸੁਖੀ ਨਹੀਂ ਦਿਸਦਾ ਪਿਆ। ਇੱਕ ਬਚਨ ਉਹਨਾਂ ਕਿਹਾ, ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜੱਗ, ਉੱਚੈ ਚੜ ਕੇ ਦੇਖਿਆ ਤਾਂ ਘਰ ਘਰ, ਇਹ ਅੱਗ ਸੁਖੀ ਨਾ ਦਿਸੈ ਕੋਏ। ਜਿਹਨੂੰ ਬਾਬਾ ਨਾਨਕ ਜੀ ਨੇ ਕਿਹਾ ਬਾਲੀ ਰੋਵੈ ਨਾ ਏ ਪਤਾਰ, ਨਾਨਕ ਦੁਖੀਆ ਸਭ ਸੰਸਾਰ, ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ। ਹੁਣ ਇੱਥੇ ਪਹਿਲਾਂ ਤਾਂ ਉਦਾਹਰਨ ਉਹਨਾਂ ਦਿੱਤਾ ਕਿ ਘਰ ਘਰ ਇਹ ਅੱਗ। ਹੁਣ ਕਈ ਬੰਦੇ ਦੁਖੀ ਹੁੰਦੇ ਨੇ ਪਰ ਐਵੇਂ ਫੋਕੀ ਜੀ ਮੁਸਕਰਾਟ ਕਰਕੇ ਉਹ ਸੋਚਦੇ ਨੇ, ਲੇਕ ਲੋਕ ਕਹਿਣ ਸੀ ਬੜੀ ਖੁਸ਼ ਹਾਂ। ਤੁਸੀਂ ਅੱਜ ਦੇਖੋ ਸਾਡੇ ਮਿਲਣ ਦਾ ਢੰਗ ਇਹ ਨਾ, ਥੋੜ੍ਹਾ ਜਿਹਾ ਹੱਸਣਾ ਮੁਸਕਰਾਉਣਾ ਹੀ ਕਰਨੀ ਵੀ ਅਗਲਾ ਬੰਦਾ ਸਮਝੇ ਵੀ ਇਹਦੀ ਸਮਾਈਲ ਇਹਦੀ ਮੁਸਕਰਾਹਟ ਬੜਾ ਸੁਖੀ ਹੈ। ਬਾਬਾ ਜੀ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਵੀ ਇੱਕ ਅੱਗ ਹੁੰਦੀ ਹੈ ਪ੍ਰਗਟ ਹੋ ਜਾਂਦੀ ਹੈ। ਪੁਰਾਣੇ ਸਮੇਂ ਕੀ ਕਰਦੇ ਸਨ ਕਿ ਆਪਾਂ ਘਰਾਂ 'ਚ ਜਦੋਂ ਬੀਬੀਆਂ ਅੱਗ ਬਾਲਦੀਆਂ ਸਨ, ਦੀਆ ਸਲਾਈ 'ਤੇ ਹੈ ਨਹੀਂ, ਮਾਚਿਸ 'ਤੇ ਹੈ ਨਹੀਂ, ਉਹਨਾਂ ਅੱਗ ਦੇ ਭੱਖਦੇ ਹੋਏ ਕੁਝ ਅੰਗਿਆਰ ਗੋਲੇ ਜਿਹੜੇ ਸਨ, ਘੋਲੇ ਅੰਗਿਆਰ, ਉਹਨਾਂ ਨੂੰ ਸਵਾਹ ਦੇ ਵਿੱਚ ਦੱਬ ਕੇ ਨਾ ਉੱਤੇ ਢੇਰੀ ਜੀ ਬਣਾ ਦੇਣੀ, ਅੱਗ ਵਿੱਚ ਰਹਿਣ ਦੇਣੀ ਉੱਤੇ ਥਾ ਸਵਾਹ। ਹੁਣ ਜੇ ਬੰਦਾ ਉਸ ਸਵਾਹ ਨੂੰ ਸਵੇਰੇ ਹੱਥ ਲਾਏ ਸਿਆਲ ਦੇ ਦਿਨਾਂ ਵਿੱਚ, ਤਾਂ ਸਵਾਹ ਬਿਲਕੁਲ ਠੰਡੀ। ਕਹਿਣ ਲੱਗੇ ਇਹਦਾ ਮਤਲਬ ਇਹ ਨਹੀਂ ਕਿ ਉਪਰੋਂ ਸਵਾਹ ਠੰਡੀ ਹੈ ਅਤੇ ਵਿੱਚ ਅੱਗ ਕੋਈ ਨਹੀਂ। ਕਹਿਣ ਲੱਗੇ ਵੇਖਣ ਨੂੰ ਠੰਡੀ ਲੱਗਦੀ ਹੈ, ਇਹਨੂੰ ਥੋੜ੍ਹਾ ਜਿਹਾ ਹੱਥਾਂ ਨਾਲ ਪਾਸੇ ਕਰ ਫਰੋਲ, ਇਹਦੇ ਵਿੱਚ ਅੱਗ ਦੀਆਂ ਚਿੰਗਾਰੀਆਂ ਪਈਆਂ ਨੇ, ਫੋਲ ਕੇ ਇੱਕ ਪਾਸੇ ਕਰੀ, ਹਵਾ ਲੱਗਣ ਦੀ ਦੇਰ ਹੈ, ਇਹੋ ਜਿਹੇ ਭਾਂਬੜ ਨਿਕਲਣਗੇ, ਤੂੰ ਵੇਖ ਕੇ ਦੰਗ ਹੋ ਜਾਏਗਾ, ਬਾਹਰ ਠੰਡ ਅਤੇ ਅੰਦਰ ਅੱਗ। ਕਹਿਣ ਲੱਗੇ ਇੱਕ ਤਾਂ ਉਹ ਦੁਖੀ ਨੇ ਜਿਨ੍ਹਾਂ ਦੀ ਅੱਗ ਪ੍ਰਗਟ ਹੋ ਜਾਂਦੀ, ਇੱਕ ਸਵਾਹ ਦੀ ਤਰ੍ਹਾਂ ਬਾਹਰੋਂ ਠੰਡੇ ਨੇ, ਸਮਾਈਲ ਕਰਨਗੇ, ਖੱਸਣਗੇ, ਖਾਏ ਵਾਏ ਕਰਨਗੇ ਜਿਵੇਂ ਅੰਗਰੇਜ਼ੀ 'ਚ ਕਰਦੇ ਨੇ, ਪਰ ਪਿਆਰਿਓ ਅਸਲ ਵਿੱਚ ਹਵਾ ਕੋਈ ਨਹੀਂ ਲੱਗੀ ਥੱਲੇ ਨੱਪੀ ਪੀ, ਅੱਗੇ ਥੋੜ੍ਹੀ ਜਿਹੀ ਹਵਾ ਲੱਗ ਜਾਏ ਨਾ, ਘੜੀਆਂ ਕੋ ਬਹਿ ਕੇ ਕਹਿ ਦਿਓ ਮੇਰਾ ਨਿਆਣਾ ਦੁਖੀ, ਬਸ ਇੱਕ ਵਾਰੀ ਤੁਸੀਂ ਸਵਾਹ ਪਰਾ ਢਾ ਦਿਓ, ਬਾਕੀ ਅੱਗ ਆਪਣੇ ਆਪ ਹੀ ਬਾਲ ਲੈਂਦੇ ਨੇ, ਮੈਂ ਵੀ ਦੁਖੀ, ਮੇਰੇ ਪੋਤੇ ਵੀ ਦੁਖੀ, ਮੇਰਾ ਬਾਪ ਵੀ ਦੁਖੀ, ਨਿਕਲ ਗਈ ਅੱਗ। ਬਾਬਾ ਜੀ ਨੇ ਕਿਹਾ, ਪਹਿਲਾਂ ਉਹਨਾਂ ਬਚਨ ਕੀਤਾ, ਮੈਂ ਤਾਂ ਬੇਨਤੀ ਕਰ ਰਿਹਾ, ਮਤਾ ਕੁਛ ਸਮਝੇ ਬਾਬਾ ਫਰੀਦ ਕੋਈ ਦੁਖੀ ਨਹੀਂ, ਉਹ ਜ਼ਰੂਰ ਸਾਨੂੰ ਸਮਝਾਉਣ ਲਈ ਕਹਿ ਰਹੇ ਨੇ ਕਿ ਮੈਂ ਜਾਣਿਆ ਦੁੱਖ ਮੁਝ ਕੋ, ਪਰ ਨਾਲ ਉਹਨਾਂ ਇਹ ਵੀ ਕਹਿ ਦਿੱਤਾ ਕਿ ਜਿੰਨਾ ਬੁੱਝੈ ਕਿ ਜਿੰਨਾ ਸਿੱਝੈ। ਕਹਿੰਦੇ ਨੇ ਇੱਕ ਅੱਗ ਉਹ ਵੀ ਜਿਹੜੀ ਪਤਾ ਕੋਈ ਨਹੀਂ ਲੱਗਦੀ ਪਰ ਬਲਦੀ ਪਈ ਹੈ, ਕਿ ਜਿੰਨਾ ਬੁੱਝੈ ਕਿ ਜਿੰਨਾ ਸੁੱਝੈ, ਦੁਨੀਆ ਗੁੱਝੀ ਭਾਹੇ, ਸਾਈਂ ਮੇਰਾ ਚੰਗਾ ਕੀਤਾ, ਮੇਰੇ ਰੱਬ ਨੇ ਬੜਾ ਚੰਗਾ ਕੀਤਾ। ਕੀ ਕੀਤਾ ਜੀ? ਕਹਿਣ ਲੱਗੇ ਨਹੀਂ ਤਾਂ ਹੰਪੀ ਦੱਜਾਂ ਆਏ, ਅਸਾਂ ਵੀ ਸੜ ਜਾਣਾ ਸੀ, ਮੇਰੇ ਮੁਰਸ਼ਦ ਨੇ ਸਿਰ 'ਤੇ ਹੱਥ ਰੱਖਿਆ ਅਤੇ ਮੈਨੂੰ ਅੱਗ 'ਤੇ ਸੜਨ ਤੋਂ ਬਚਾ ਲਿਆ। ਗੁਰੂ ਸਾਹਿਬ ਕਹਿੰਦੇ ਨੇ, ਅੱਜ ਬਚਨ ਕਰਦੇ ਨੇ, ਭਾਈ ਰੇ ਹੰਗਿਆਰੀਆਂ ਨਾਲ ਮਿੱਤਰਤਾ ਪਾ ਕੇ ਅੱਗ ਲੱਗਦੀ ਏ, ਠੰਡ ਦੇ ਸੋਮੇ ਨਾਲ ਜੁੜ। ਭਾਈ ਰੇ ਮੀਤ ਕਰੋ ਪ੍ਰਭ ਸੋਏ, ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨਾ ਦਿਸੈ ਕੋਏ। ਹੁਣ ਗੁਰੂ ਅਰਜਨ ਸਾਹਿਬ ਆਪਣਾ ਅਨੁਭਵ ਕਹਿ ਰਹੇ ਨੇ, ਪ੍ਰੀਤ ਲੱਗੀ ਤਿਸ ਸੱਚ ਸਿਓ। ਕਹਿੰਦੇ ਨੇ ਸਾਡੀ ਪ੍ਰੀਤ ਉਸ ਸੱਚੇ ਪਰਮਾਤਮਾ ਨਾਲ ਲੱਗ ਗਈ ਅਤੇ ਗੁਰੂ ਅਰਜਨ ਸਾਹਿਬ ਜੀ ਦੀ ਤਾਂ ਲੱਗੀ ਵੀ ਇਸ ਤਰ੍ਹਾਂ, ਬਚਨ ਕੀਤਾ ਬਾਣੀ ਵਿੱਚ, ਕਿਤੇ ਪ੍ਰਕਾਰ ਨਾ ਟੂਟੋ ਪ੍ਰੀਤ, ਪ੍ਰੀਤ ਲੱਗੀ ਤਿਸ ਸੱਚ ਸਿਓ, ਕਿਤੇ ਪ੍ਰਕਾਰ ਨਾ ਟੂਟੋ ਪ੍ਰੀਤ, ਦਾਸ ਤੇਰੇ ਕੀ ਨਿਰਮਲ ਰੀਤ, ਜੀ ਪ੍ਰਾਣ ਮਨ ਧਨ ਤੇ ਪਿਆਰਾ, ਹਉਮੈ ਬੰਦ ਹਰ ਦੇਵਣ ਹਾਰਾ, ਚਰਨ ਕਮਲ ਸਿਓ ਲਾਗੋ ਨੇ ਨਾਨਕ ਕੀ ਬੇਨੰਤੀ। ਇਹ ਪ੍ਰੀਤ ਕੈਸੀ ਲੱਗੀ? ਹਜ਼ੂਰ ਮਿਹਰ ਪੈ ਕਰਦੇ ਨੇ ਕਿ ਪ੍ਰੀਤ ਲੱਗੀ ਤੇ ਸੱਚ ਸਿਓ, ਮਰੈ ਨਾ ਆਵੈ ਜਾਏ। ਕਹਿੰਦੇ ਨੇ ਆਪਾਂ ਤਾਂ ਉਹਨੂੰ ਪਿਆਰ ਕਰਨੇ ਆ ਜਿਹੜਾ ਨਾ ਜੰਮਦਾ ਅਤੇ ਨਾ ਮਰਦਾ ਹੈ।
ਨਾ ਉਹਨੇ ਜੰਮਣਾ ਨਾ ਉਹਨੇ ਮਰਨਾ, ਦੂਜੇ ਨੂੰ ਪਿਆਰ ਕਰਕੇ ਜਿੱਦਣ ਜੰਮਦਾ ਉਦਣ ਭੰਗੜੇ ਪਾਉਂਦੇ ਹਾਂ ਬੜੇ ਖੁਸ਼ ਹਾਂ, ਅਤੇ ਜਿੱਦਣ ਮਰਦਾ ਉਦਣ ਢਾਹਾਂ ਮਾਰਨੇ ਹਾਂ, ਅਤੇ ਪਿਆਰ ਹੀ ਉਹਨੂੰ ਕਰੋ ਜਿਹੜਾ ਨਾ ਜੰਮੇ ਅਤੇ ਨਾ ਮਰੇ, ਰੋਣ ਧੋਣ ਵਾਲਾ ਕੰਮ ਹੀ ਨਿਬੜ ਜਾਏ। ਪ੍ਰੀਤ ਲੱਗੀ ਤਿਸ ਸੱਚ ਛਿਉਂ, ਮਰੇ ਨਾ ਆਵੇ ਜਾਏ, ਨਾ ਵਿਛੋੜਿਆ ਵਿਛੜੇ। ਉਹਦੀ ਪ੍ਰੀਤ ਐਸੀ, ਜੇ ਕੋਈ ਕਹਿ ਵੀ ਤੇਰਾ ਵਿਛੋੜਾ ਪੈ ਜਾਏ, ਕਹਿੰਦੇ ਨੇ ਮਿਲਿਆ ਕੋਈ ਨਾ ਵਿਛੜੇ, ਵਿਛੋੜੇ ਵੀ ਕੋਈ ਨਹੀਂ ਪੈਂਦੇ, ਵਿਛੜਦੇ ਕੋਈ ਨਹੀਂ। ਸਭ ਮੈਂ ਰਿਹਾ ਸਮਾਏ, ਜਿਹੜਾ ਸਾਰਿਆਂ ਦੇ ਵਿੱਚ ਆਪ ਸਮਾਇਆ ਹੈ। ਹਜ਼ੂਰ ਕਹਿਣ ਲੱਗੇ, ਦੀਨ ਦੁਰ ਦਰਦ ਦੁੱਖ ਭੰਜਣਾ, ਗਰੀਬਾਂ ਦੇ ਦੁੱਖ ਭੰਨਣ ਵਾਲਾ, ਗਰੀਬਾਂ ਦੇ ਦਰਦ ਦੂਰ ਕਰਨ ਵਾਲਾ ਸੇਵਕ ਹੈ ਸਤ ਪਾਏ, ਅਤੇ ਆਪਣੇ ਸੇਵਕਾਂ ਨੂੰ ਸਦਭਾਵਨਾ ਨਾਲ ਪਿਆਰ ਕਰਨ ਵਾਲਾ। ਸਤ ਪਾਏ ਸਦਭਾਵਨਾ ਭਰਾਵਣਾ ਨਾਲ, ਦੀਨ ਦਰਦ ਦੁੱਖ ਭੰਜਣਾ ਸੇਵਕ ਹੈ ਸਤ ਪਾਏ, ਅਚਰਜ ਰੂਪ ਨਿਰੰਜਨੋਂ, ਜਿਹਦਾ ਰੂਪ ਅਚਰਜ ਹੈ, ਜਿਹੜਾ ਮਾਇਆ ਦੀ ਕਾਲਖ ਤੋਂ ਰਹਿਤ ਹੈ। ਸਾਹਿਬ ਕਹਿੰਦੇ ਨੇ ਗੁਰ ਮਿਲਾਇਆ ਮਾਏ, ਮਾਂ ਮੇਰੀਏ ਹੇ ਮਾਂ, ਇਹੋ ਜਿਹਾ ਮਿੱਤਰ ਮੈਨੂੰ ਗੁਰੂ ਨੇ ਮਿਲਾ ਦਿੱਤਾ। ਸੱਚੇ ਪਰਮਾਤਮਾ ਮਿੱਤਰ ਨੇ ਮਿਲਾਇਆ ਗੁਰੂ ਨੇ ਵੇ। ਇਹ ਵਿਚਾਰ ਅਜੇ ਸਮਾਪਤ ਨਹੀਂ, ਅੱਜ ਦੀ ਚੇਤੇ ਰੱਖਿਓ, ਕੱਲ੍ਹ ਨੂੰ ਇਸੇ ਨੂੰ ਫਿਰ ਆਪਾਂ ਅੱਗੇ ਤੁਰਾਂਗੇ। ਭਾਈ ਰੇ ਮੀਤ ਕਰੋ ਪ੍ਰਭ ਸੋਏ, ਇੰਨੀਆਂ ਕੋ ਬੇਨਤੀਆਂ ਸਵੀਕਾਰ ਕਰਨੀਆਂ।